ਅੱਜ ਗੱਲ ਕਰਾਂਗੇ ਸਪੈਸੀਫਿਕਲੀ ਕੈਨੇਡੀਅਨ ਸਟੂਡੈਂਟ ਵੀਜ਼ਾ ਦੇ ਉੱਪਰ। ਅੱਜ ਗੱਲ ਕਰਾਂਗੇ ਉਹ ਵਿਦਿਆਰਥੀਆਂ ਦੀ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋ ਗਏ। ਕਾਮਰਸ ਵਾਲਾ ਬੱਚਾ, ਪ੍ਰੋਗਰਾਮ ਦਿੱਤਾ ਗਿਆ ਜੀ ਕੰਪਿਊਟਿੰਗ ਸਿਸਟਮਸ, ਐਪਲੀਕੇਸ਼ਨ ਰਿਫਿਊਜ਼। ਏਜੰਟ ਦੀ ਵਰਡੀ ਸੀਗੀ ਭਾਅ ਜੀ ਪ੍ਰੋਫਾਈਲ ਤੁਹਾਡੀ ਵਧੀਆ, ਪਰਸੈਂਟੇਜ ਚੰਗੀ ਹੈ ਜੀ, ਪੀਡੀ ਓਵਰਆਲ ਸਕੋਰ 74। ਵੀਜ਼ਾ ਤਾਂ ਲੱਗਿਆ ਪਿਆ, ਆਲਮੋਸਟ 2.5 ਤੋਂ 3 ਲੱਖ ਰੁਪਈਆ ਖਰਾਬ ਕਰ ਲਿਆ। ਬਾਇਓਮੈਟ੍ਰਿਕ ਅਪੁਆਇੰਟਮੈਂਟ ਦਾ 30,000 ਰੁਪਇਆ ਲਿਆ ਗਿਆ, ਐਮਬੈਸੀ ਫੀਸ 15,000 ਐਡੀਸ਼ਨਲ। ਕਿਤੇ ਨਾ ਕਿਤੇ ਗਲਤੀ ਬੱਚੇ ਦੀ ਵੀ ਹੈ। ਜਦੋਂ ਬੱਚਾ ਰੀਫੰਡ ਲੈਣ ਜਾਂਦਾ ਉਦੋਂ ਕਹਿੰਦਾ ਜੀ ਕੰਪਨੀ ਦੇ ਐਮਡੀ ਨਾਲ ਮੈਂ ਮਿਲਣਾ ਚਾਹੁੰਦਾ। ਸੋ ਜਦੋਂ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰਨਾ ਚਾਹੁੰਦੇ ਸੀਗੇ ਉਦੋਂ ਕਿਉਂ ਨਹੀਂ ਮਿਲੇ, ਜਾਂ ਉਦੋਂ ਕਿਉਂ ਨਹੀਂ ਕਿਸੇ ਕੰਸਰਨ ਦੇ ਨਾਲ ਮਿਲੇ ਕਿ ਤੁਹਾਨੂੰ ਕੋਈ ਚੰਗੀ ਸਲਾਹ ਦੇ ਦੇ ਕਿ ਵੀਜ਼ਾ ਐਪਲੀਕੇਸ਼ਨ ਪ੍ਰੋਸੈਸਿੰਗ ਹੋਏਗੀ ਜਾਂ ਨਹੀਂ ਹੋਏਗੀ, ਕਿ ਕੈਨੇਡਾ ਦੇ ਵਿੱਚ ਤੇਰੀ ਐਪਲੀਕੇਸ਼ਨ ਐਕਸੈਪਟੇਬਲ ਹੈ, ਕਿ ਕੈਨੇਡਾ 'ਚ ਤੇਰਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ। ਅੱਖਾਂ ਬੰਦ ਕਰਕੇ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ। ਏਜੰਟ ਦੀ ਜਿਹੜੀ ਸਿਲੈਕਸ਼ਨ ਆ ਬੜਾ ਸੋਚ ਸਮਝ ਕੇ ਕਰੋ, ਪਹਿਲੇ ਹੀ ਕਿਸੇ ਕੰਸਰਨ ਬਾਡੀ ਨੂੰ ਮਿਲੋ ਕਿ ਜਿਹੜਾ ਤੁਹਾਨੂੰ ਚੰਗੀ ਸਲਾਹ ਦੇ ਦੇ। ਤਾਂ ਅਗਰ ਤੁਹਾਨੂੰ ਹੋਰ ਕੋਈ ਬੰਦਾ ਕਹਿੰਦਾ ਕਿ ਹੋ ਜਾਏਗੀ ਐਪਲੀਕੇਸ਼ਨ, ਉਹਨੂੰ ਐਪਲੀਕੇਸ਼ਨ ਨੂੰ ਪ੍ਰੋਸੈਸ ਨਾ ਕਰਾਓ। ਇੱਕ ਬੰਦਾ ਗਲਤ ਹੋ ਸਕਦਾ, ਦੋ ਹੋ ਸਕਦੇ, 4-5 ਬੰਦੇ ਨਹੀਂ ਗਲਤ ਹੋ ਸਕਦੇ। ਰੂਟੀਨ 'ਚ ਬੜੀ ਐਪਲੀਕੇਸ਼ਨਸ ਆ ਰਹੀ ਕਿ ਜਿਹਦੇ ਵਿੱਚ ਬੱਚਿਆਂ ਨਾਲ ਧੋਖੇ ਹੋਏ ਆ। ਹਰ ਇੱਕ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ। ਸੋ ਅੱਜ ਗੱਲ ਕਰਾਂਗੇ ਸਪੈਸੀਫਿਕਲੀ ਕੈਨੇਡੀਅਨ ਸਟੂਡੈਂਟ ਵੀਜ਼ਾ ਦੇ ਉੱਪਰ। ਸੋ ਕੈਨੇਡਾ ਜਾ ਕੇ ਤੁਸੀਂ ਪੜ੍ਹਾਈ ਤਾਂ ਕਰਨਾ ਚਾਹੁੰਦੇ ਹੋ, ਕਈ ਤਰ੍ਹਾਂ ਦੀ ਐਪਲੀਕੇਸ਼ਨਸ ਹੁੰਦੀ ਹੈ। ਕਈਆਂ ਦੇ ਵੀਜ਼ਾਸ ਗ੍ਰਾਂਟ ਹੋ ਜਾਂਦੇ ਆ, ਵੀਜ਼ਾ ਲੱਗ ਗਿਆ, ਹਰ ਪਾਸੇ ਖੁਸ਼ੀ ਦਾ ਮਾਹੌਲ ਹੈ, ਕੋਈ ਸਟੂਡੈਂਟ ਕਿਸੇ ਏਜੰਟ ਨੂੰ ਨਹੀਂ ਪੁੱਛਦਾ, ਕੋਈ ਦਿੱਕਤ ਨਹੀਂ ਆਉਂਦੀ। ਬਟ ਅੱਜ ਗੱਲ ਕਰਾਂਗੇ ਉਹ ਵਿਦਿਆਰਥੀਆਂ ਦੀ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋ ਗਏ। ਠੱਗੀ ਹੋਈ, ਧੋਖਾਧੜੀ ਹੋਈ, ਵੀਜ਼ਾ ਰਿਫਿਊਜ਼ ਹੋਇਆ, ਕਾਫੀ ਸਾਰੀ ਐਪਲੀਕੇਸ਼ਨਸ ਆ ਜੀ ਇਸ ਤਰੀਕੇ ਦੀਆਂ ਜਿਹੜੀਆਂ ਡਿਸਕਸ ਕਰਨੀਆਂ ਸੀਗੀਆਂ। ਬਟ 2-3 ਪ੍ਰੋਫਾਈਲ ਜਿਹੜੀਆਂ ਅੱਜ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੂੰਗਾ। ਸਟੂਡੈਂਟ ਦਾ ਨਾਮ ਨਹੀਂ ਲੈਂਦਾ। ਪਹਿਲੀ ਪ੍ਰੋਫਾਈਲ ਹੈ ਜੀ +2 2021 ਪਾਸ ਆਊਟ ਕਾਮਰਸ ਸਟੂਡੈਂਟ, 89% ਮਾਰਕਸ ਹੈ ਜੀ। ਆਇਲਸ PTE ਇਹਦੇ ਕੋਲ ਨਹੀਂ ਹੋਈ, ਸੋ ਜਿਹਦੇ ਕਰਕੇ ਏਜੰਟ ਨੇ ਕਿਹਾ ਤਾਂ ਕਿ PTE ਤੇਰੀ ਹੋਮ ਐਡੀਸ਼ਨ ਕਰਾ ਦਿੰਦਾ। ਸੋ 20-30 ਹਜ਼ਾਰ ਰੁਪਏ ਵਾਲਾ ਕੰਮ ਹੈ ਜੀ। ਇਸ ਏਜੰਟ ਨੇ ਕੀ ਕੀਤਾ, 2 ਲੱਖ ਰੁਪਏ ਬੱਚੇ ਕੋਲ ਚਾਰਜ ਕੀਤਾ, 2.25 ਲੱਖ ਰੁਪਏ ਨੇ ਇਸ ਤਰੀਕੇ ਨਾਲ ਕਮਾਇਆ, 30,000 ਰੁਪਇਆ ਲਿਆ ਪ੍ਰੋਸੈਸਿੰਗ ਫੀਸ। ਆਲਮੋਸਟ ਜਿਹਨੇ 2 ਲੱਖ ਰੁਪਏ ਇਸ ਐਪਲੀਕੈਂਟ ਤੋਂ ਕਮਾ ਲਿਆ, ਵੀਜ਼ਾ ਲੱਗੇ ਜਾਂ ਨਾ ਲੱਗੇ। ਹੋਮ ਐਡੀਸ਼ਨ PTE ਜਿਹੜੀ ਹੈ ਉਹ ਅਰੇਂਜ ਸੀਗੀ। ਐਪਲੀਕੇਸ਼ਨ ਪ੍ਰੋਸੈਸ ਕੀਤੀ ਬ੍ਰੈਂਪਟਨ ਦੇ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ। ਕਾਮਰਸ ਵਾਲਾ ਬੱਚਾ, ਪ੍ਰੋਗਰਾਮ ਦਿੱਤਾ ਗਿਆ ਜੀ ਕੰਪਿਊਟਿੰਗ ਸਿਸਟਮਸ, ਐਪਲੀਕੇਸ਼ਨ ਰਿਫਿਊਜ਼। ਜਦੋਂ ਐਪਲੀਕੇਸ਼ਨ ਰਿਫਿਊਜ਼ ਹੋਈ ਬੱਚੇ ਨੂੰ ਕਾਫੀ ਧੱਕਾ ਲੱਗਾ, ਵੀਜ਼ਾ ਅਪਲਾਈ ਕਰਨਾ ਸੀਗਾ। ਜਦੋਂ ਏਜੰਟ ਦੀ ਵਰਡੀ ਸੀਗੀ ਭਾਅ ਜੀ ਪ੍ਰੋਫਾਈਲ ਤੁਹਾਡੀ ਵਧੀਆ, ਪਰਸੈਂਟੇਜ ਚੰਗੀ ਹੈ ਜੀ, PTE ਓਵਰਆਲ ਸਕੋਰ 74, ਵੀਜ਼ਾ ਤਾਂ ਲੱਗਿਆ ਪਿਆ। ਬੱਚੇ ਨੇ ਪੈਕਿੰਗ ਵੀ ਕਰ ਲਈ, ਬਟ ਜਦੋਂ ਇਹ ਸਦਮਾ ਬੱਚੇ ਨੂੰ ਲੱਗਾ ਤਾਂ ਬੱਚੇ ਦਾ ਚੱਲਣਾ ਔਖਾ ਹੋ ਗਿਆ। ਆਲਮੋਸਟ 2.5 ਤੋਂ 3 ਲੱਖ ਰੁਪਈਆ ਖਰਾਬ ਕਰ ਲਿਆ। ਬਾਇਓਮੈਟ੍ਰਿਕ ਅਪੁਆਇੰਟਮੈਂਟ ਦਾ 30,000 ਰੁਪਇਆ ਲਿਆ ਗਿਆ, ਐਮਬੈਸੀ ਫੀਸ 15,000 ਐਡੀਸ਼ਨਲ। ਸੋ ਦੂਜੀ ਐਪਲੀਕੇਸ਼ਨ ਦੀ ਗੱਲ ਕਰਦੇ ਹਾਂ, ਥੋੜ੍ਹਾ ਪ੍ਰਮੋਸ਼ਨਲੀ ਗੱਲ ਕਰੀਏ, ਕਾਫੀ ਚੀਜ਼ ਚੱਲ ਰਹੀ ਹੈ ਜੀ ਮਾਰਕੀਟ ਦੇ ਵਿੱਚ। ਬੱਚੇ ਦੀ ਪ੍ਰੋਫਾਈਲ +2 2018, ਉਸ ਤੋਂ ਬਾਅਦ ਸਟੱਡੀ ਗੈਪ 6 ਬੈਂਡ ਆਇਲਸ ਦੇ ਵਿੱਚ, 1 'ਚ 5.5। ਕਿਸੇ ਏਜੰਟ ਕੋਲ ਐਪਲੀਕੇਸ਼ਨ ਪ੍ਰੋਸੈਸ ਕਰਾਈ, ਕਾਊਂਸਲਰ ਕਹਿੰਦਾ ਜੀ ਵੀਜ਼ਾ ਤੁਹਾਡਾ ਆਲਮੋਸਟ ਗ੍ਰਾਂਟ ਹੈ, 30,000 ਰੁਪਇਆ ਲਊਂਗਾ ਪ੍ਰੋਸੈਸਿੰਗ ਫੀਸ, 80,000 ਰੁਪਇਆ ਲਊਂਗਾ ਜੀ ਐਡਮਿਸ਼ਨ ਫੀਸ ਜਿਹੜੀ ਕਾਲਜ ਨੂੰ ਜਾਣੀ ਹੈ, 1,10,000 ਰੁਪਇਆ ਲਿਆ, ਕੰਮ ਸ਼ੁਰੂ ਹੋਇਆ, ਕਾਊਂਸਲਰ ਮਿਲੀ ਜੀ, ਸਟੂਡੈਂਟ ਦੀ ਇਹ ਵਰਡਿੰਗ ਹੈ। ਦੈਨ ਉਹ ਕਹਿੰਦਾ ਕਿ GIC ਵੀ ਮੈਂ ਕਰੂੰਗਾ ਔਰ ਫੀਸ ਵੀ ਮੈਂ ਹੀ ਕਰੂੰਗਾ, $10,200 ਦਾ ਮੈਨੂੰ ਚੈੱਕ ਚਾਹੀਦਾ, ਐਜ਼ ਅ ਸਿਕਿਉਰਿਟੀ ਲਊਂਗਾ, ਫੀਸ ਤੁਹਾਡੀ ਮੈਂ ਟ੍ਰਾਂਸਫਰ ਕਰੂੰਗਾ। ਬਟ ਵਿਦ ਇਨ ਫਿਊ ਡੇਜ਼ ਔਫਰ ਲੈਟਰ ਆਉਣ ਤੋਂ ਬਾਅਦ ਉਹ $10,200 ਦਾ ਚੈੱਕ ਜਿਹੜਾ ਬੱਚੇ ਦਾ ਲੱਗ ਜਾਂਦਾ, ਬੱਚੇ ਨੂੰ ਨੋਟੀਫਿਕੇਸ਼ਨ ਆਉਂਦਾ ਬੈਂਕ ਵੱਲੋਂ। ਸੋ ਬੱਚਾ ਜਾ ਕੇ ਏਜੰਟ ਨੂੰ ਪੁੱਛਦਾ ਕਿ ਮੇਰੇ ਚੈੱਕ ਲਗਾਇਆ ਗਿਆ, ਤੁਸੀਂ ਕਿਹਾ ਸੀਗਾ ਐਜ਼ ਅ ਸਿਕਿਉਰਿਟੀ ਲਊਂਗਾ, ਬਟ ਤੁਸੀਂ ਇਹ ਚੈੱਕ ਲਗਾ ਲਿਆ। ਏਜੰਟ ਕਹਿੰਦਾ ਕਿ ਫੀਸਿਸ ਤੇਰੀਆਂ ਕਰਾਈਆਂ ਸੀਗੀਆਂ, ਮੇਰੇ ਕੋਲ ਫਾਈਨੈਂਸ਼ੀਅਲ ਥੋੜ੍ਹਾ ਜਿਹਾ ਘੱਟ ਸੀਗਾ ਜਿਹਦੇ ਕਰਕੇ ਮੈਂ ਤੇਰਾ GIC ਕਰਾ ਦਿੱਤਾ, ਡੋਂਟ ਵਰੀ ਮੇਰੇ ਕੋਲ ਹੀ ਹੈ, ਫਿਕਰ ਨਾ ਕਰੋ, ਐਪਲੀਕੇਸ਼ਨ ਪ੍ਰੋਸੈਸ ਹੋਏਗੀ। ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ, ਵੀਜ਼ਾ ਹੋ ਜਾਂਦਾ ਜੀ ਰਿਫਿਊਜ਼। ਸੋ ਕਾਊਂਸਲਰ ਕਹਿੰਦੀ ਹੈ ਜੀ ਫਸਟ ਟਾਈਮ ਵੀਜ਼ਾ ਰਿਫਿਊਜ਼ ਹੋ ਜਾਂਦਾ ਜੀ, ਕੋਈ ਦਿੱਕਤ ਨਹੀਂ ਹੈ, ਸੈਕਿੰਡ ਟਾਈਮ ਅਪਲਾਈ ਕਰਦੇ ਹੋ 99% ਵੀਜ਼ਾ ਮਿਲਦਾ। ਦੂਜੀ ਵਾਰ ਬੱਚਾ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦਾ, ਦੂਜੀ ਵਾਰ ਵੀਜ਼ਾ ਰਿਫਿਊਜ਼ ਹੋ ਜਾਂਦਾ। ਸੇਮ ਕਾਊਂਸਲਰ ਦੀ ਤੀਜੀ ਵਾਰ ਵਰਡਿੰਗ ਕਹਿੰਦੀ ਹੈ ਜੀ ਤੁਹਾਡਾ ਕਾਲਜ ਮਾੜਾ ਸੀਗਾ। ਸਟੂਡੈਂਟ ਕਹਿੰਦਾ ਕਿ ਮੈਡਮ ਕਾਲਜ ਵੀ ਤਾਂ ਤੁਸੀਂ ਲੈ ਕੇ ਦਿੱਤਾ ਸੀਗਾ, ਹੁਣ ਉਹ ਵੀ ਸਿਲੈਕਸ਼ਨ ਤੁਹਾਡੀ ਸੀਗੀ, ਕੋਰ ਸਿਲੈਕਸ਼ਨ ਵੀ ਤੁਹਾਡੀ ਸੀਗੀ, ਹੁਣ ਤੁਸੀਂ ਕਹਿੰਦੇ ਹੋ ਕਾਲਜ ਮਾੜਾ, ਪੈਰ ਪਿੱਛੇ ਕਰਨੇ ਸਟਾਰਟ ਕਰ ਦਿੱਤੇ। ਬੱਚਾ ਰੀਫੰਡ ਦੇ ਲਈ ਜਾਂਦਾ ਆਪਣੇ ਏਜੰਟ ਦੇ ਕੋਲ, ਕਾਊਂਸਲਰ ਨਹੀਂ ਮਿਲਦੇ, ਉਹਦਾ MD ਨਹੀਂ ਮਿਲਦਾ। ਸੋ ਕਿਤੇ ਨਾ ਕਿਤੇ ਗਲਤੀ ਬੱਚੇ ਦੀ ਵੀ ਹੈ ਕਿ ਜਦੋਂ ਪ੍ਰੋਫਾਈਲ ਵੀਕ ਆ ਆਲਮੋਸਟ ਏਜੰਟ ਤੈਨੂੰ ਕਹਿ ਰਿਹਾ ਕਿ ਵੀਜ਼ਾ ਪ੍ਰੋਸੈਸਿੰਗ ਨਹੀਂ ਹੋਣੀ। ਸੋ ਜਦੋਂ ਬੱਚਾ ਰੀਫੰਡ ਲੈਣ ਜਾਂਦਾ ਉਦੋਂ ਕਹਿੰਦਾ ਜੀ ਕੰਪਨੀ ਦੇ MD ਨਾਲ ਮੈਂ ਮਿਲਣਾ ਚਾਹੁੰਦਾ।
ਸੋ ਜਦੋਂ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰਨਾ ਚਾਹੁੰਦੇ ਸੀ ਕਿ ਉਦੋਂ ਕਿਉਂ ਨਹੀਂ ਮਿਲੇ ਜਾਂ ਉਦੋਂ ਕਿਉਂ ਨਹੀਂ ਕਿਸੇ ਕੰਸਰਨ ਦੇ ਨਾਲ ਮਿਲੇ ਕਿ ਤੁਹਾਨੂੰ ਕੋਈ ਚੰਗੀ ਸਲਾਹ ਦੇ ਦੇ ਕਿ ਵੀਜ਼ਾ ਐਪਲੀਕੇਸ਼ਨ ਪ੍ਰੋਸੈਸਿੰਗ ਹੋਏਗੀ ਜਾਂ ਨਹੀਂ ਹੋਏਗੀ, ਕਿ ਕੈਨੇਡਾ ਦੇ ਵਿੱਚ ਤੇਰੀ ਐਪਲੀਕੇਸ਼ਨ ਐਕਸੈਪਟੇਬਲ ਹੈ, ਕਿ ਕੈਨੇਡਾ 'ਚ ਤੇਰਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ। ਅੱਖਾਂ ਬੰਦ ਕਰਕੇ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ। ਕਈ ਵਾਰੀ ਕੀ ਹੁੰਦਾ ਕਿ ਕਈ ਕਾਉਂਸਲਰਸ ਨਵੇਂ ਆ, ਨਵਾਂ ਸਟਾਫ ਹੈ, ਹਾਂ ਕਰ ਦਿੰਦੇ ਆ ਜਾਂ ਐਕਸਪੈਰੀਮੈਂਟ ਦੇ ਲਈ, ਜਾਂ ਕਈਆਂ ਨੂੰ ਟਾਰਗੇਟ ਮਿਲ ਜਾਂਦਾ ਕਿੰਨੀਆਂ ਫਾਈਲਾਂ ਕਰਨੀਆਂ ਜੀ, ਤੁਹਾਨੂੰ ਇਹਦੇ ਵਿੱਚ ਇੰਨਾ ਇਨਸੈਂਟਿਵ ਦੇਵਾਂਗੇ। ਸੋ ਕਿਤੇ ਇਸ ਬੱਚੇ ਦੀ ਵੀ ਗਲਤੀ ਹੈ ਅਤੇ ਕਿਤੇ ਗਲਤੀ ਉਸ ਕੰਸਲਟੈਂਟ ਦੀ ਵੀ ਹੈ ਅਤੇ ਕਿਤੇ ਉਹ ਮਾਪਿਆਂ ਦੀ ਹੈ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਅਤੇ ਉਹ ਏਜੰਟ ਕੋਲੋਂ ਐਪਲੀਕੇਸ਼ਨ ਪ੍ਰੋਸੈਸ ਕਰਾਈ, ਜਿੱਥੇ ਏਜੰਟ ਨੇ ਕਿਹਾ ਸੀਗਾ ਫੀਸ ਵੀ ਮੈਂ ਦਊਂਗਾ, GIC ਵੀ ਮੈਂ ਦਊਂਗਾ, ਬਟ ਜਦੋਂ ਰੀਫੰਡ ਦੀ ਗੱਲ ਆਉਂਦੀ ਉਹ 2.5 ਲੱਖ ਰੁਪਏ ਦਾ ਨੁਕਸਾਨ ਹੁੰਦਾ ਬੱਚੇ ਦਾ। 3 ਰਿਫਿਊਜ਼ਲਾਂ ਵੀ ਲੈ ਲਈਆਂ, ਇਨ ਦੀ ਐਂਡ ਮਿਲਿਆ ਕਿ 2.5 ਲੱਖ ਰੁਪਏ ਦਾ ਨੁਕਸਾਨ। ਸੋ ਏਜੰਟ ਦੀ ਜਿਹੜੀ ਸਿਲੈਕਸ਼ਨ ਆ ਬੜਾ ਸੋਚ ਸਮਝ ਕੇ ਕਰੋ, ਪਹਿਲੇ ਹੀ ਕਿਸੇ ਕੰਸਰਨ ਬਾਡੀ ਨੂੰ ਮਿਲੋ ਕਿ ਜਿਹੜਾ ਤੁਹਾਨੂੰ ਚੰਗੀ ਸਲਾਹ ਦੇ ਦੇ, ਅਤੇ ਅਗਰ ਤੁਹਾਨੂੰ 2-4 ਏਜੰਟ ਚੰਗੀ ਸਲਾਹ ਦੇ ਰਹੇ ਕਿ ਤੁਹਾਡੀ ਐਪਲੀਕੇਸ਼ਨ ਇਸ ਕੰਟਰੀ ਦੇ ਲਈ ਨਹੀਂ ਹੋਏਗੀ, ਤਾਂ ਅਗਰ ਤੁਹਾਨੂੰ ਹੋਰ ਕੋਈ ਬੰਦਾ ਕਹਿੰਦਾ ਕਿ ਹੋ ਜਾਏਗੀ ਐਪਲੀਕੇਸ਼ਨ, ਉਹਨੂੰ ਐਪਲੀਕੇਸ਼ਨ ਨੂੰ ਪ੍ਰੋਸੈਸ ਨਾ ਕਰਾਓ। ਇੱਕ ਬੰਦਾ ਗਲਤ ਹੋ ਸਕਦਾ, 2 ਹੋ ਸਕਦੇ, 4-5 ਬੰਦੇ ਨਹੀਂ ਗਲਤ ਹੋ ਸਕਦੇ। ਐਕਸੈਸ ਆਲਰੇਡੀ ਕੰਟਰੀ ਦੇ ਵਿੱਚ ਹਰ ਇੱਕ ਦੇ ਵਿੱਚ ਇੰਟਰਨੈਟ ਚੱਲਦਾ, ਗੂਗਲ ਸਰਚ ਕਰ ਸਕਦੇ ਹੋ, ਕਿਸੇ ਚੰਗੇ ਏਜੰਟ ਦੇ ਆਫਿਸ ਦੇ ਵਿੱਚ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ, ਅਤੇ ਉਹਦੇ ਅਕੋਰਡਿੰਗ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੋ। ਅਤੇ ਜਿੰਨੇ ਵਿਊਅਰਸ ਦੇਖ ਰਹੇ ਆ, ਜਿੱਦਾਂ ਇਹ ਸਟੂਡੈਂਟ ਠੱਗੀ ਦੇ ਸ਼ਿਕਾਰ ਹੋਏ ਆ, ਤੁਸੀਂ ਵੀ ਉਹ ਠੱਗੀ ਦੇ ਸ਼ਿਕਾਰ ਹੋਣ ਤੋਂ ਬਚੋ। ਧੰਨਵਾਦ।